ਨੀ ਫੈਸਟੇਸ਼ਨ ਦੇ ਬਲੀਵ ਕਰਦਾ ਹੈ ਜਿਹੜਾ ਉਸ ਅਕਾਲ ਪੁਰਖ ਤੇ ਬਲੀਵ ਕਰਦਾ ਹੈ ਉਹਨੂੰ ਇੱਕ ਵਾਰੀ ਤੇ ਆਵਾਜ਼ ਮਾਰਦਾ ਮੌਕਾ ਦਿੰਦਾ ਹੈ ਠੀਕ ਹੈ ਮੌਕਾ ਹਰ ਇੱਕ ਨੂੰ ਮਿਲਦਾ ਹੈ ਕਈ ਵਾਰੀ ਉਹ ਸੁਣ ਜਾਂਦਾ ਕਿ ਉਹਨੂੰ ਸੁਣਨ ਦਾ ਨਹੀਂ ਗਿਆ ਉਹ ਤੁਹਾਨੂੰ ਸੁਣ ਗਿਆ ਤੁਸੀਂ ਉਹਨੂੰ ਲੈ ਲਿਆ ਤੁਸੀਂ ਉਸ ਵਾਕ ਤੇ ਗਏ ਆਈ ਡੋਟ ਨੋ ਕੋਸਟਮ ਮੈਂ ਚਾਹਵਾਂਗਾ ਤੁਸੀਂ ਵੀ ਸ਼ੇਅਰ ਕਰੋ ਉਸ ਟਾਈਮ ਕੀ ਚੱਲਦਾ ਪਿਆ ਸੀਗਾ ਯੈਸ ਆਈ ਐਮ ਓਨ ਦਾ ਸਟੇਜ ਯਾ ਪਰ ਨਹੀਂ ਹੈ ਜੇ ਸ਼ੁਰੂਆਤ ਜੋ ਵੀ ਜਿਹੜਾ ਤੁਹਾਡੇ ਦਿਮਾਗ ਚੱਲਦੀ ਹੈ ਵੀ ਅਸੀਂ ਐਂਡ ਉਹਨੂੰ ਤੁਸੀਂ ਅੱਜ ਜੋ ਅਮਰ ਸਿੰਘ ਵਰਕ ਆਪਣਾ ਇੱਕ ਬ੍ਰਾਂਡ ਖੋਲ ਕੇ ਬੈਠੇ ਨੇ ਅੱਗੇ ਬਹੁਤ ਕੁਝ ਤੀਦਾਸੀ ਦੇ ਸੀ ਚੱਲਦਾ ਪਿਆ ਉਹ ਉੱਥ ਉਹ ਸੀ ਕਿ ਹਨਾ ਜਦੋਂ ਗ੍ਰੀਨ ਰੂਮ ਦੇ ਵਿੱਚ ਆਇਆ ਜਿਹੜੇ ਆਪ ਆ ਕੇ ਮੈਨੂੰ ਮਿਲੇ ਉਹਨਾਂ ਨੇ ਕਿਹਾ ਥਿਸ ਇਜ਼ ਯੋਰ ਟਾਈਮ ਤੂੰ ਜਿੱਦਾਂ ਕਰਨਾ ਹੈ ਤੂੰ ਕਰ ਕੋਈ ਚੱਕਰ ਨਹੀਂ ਹਨਾ ਕੱਪੜੇ ਪਾਏ ਤੇ ਤਿਆਰ ਹੋਇਆ ਮੈਂ ਕੌਨਫੀਡੈਂਟ ਬਹੁਤ ਸੀ ਨਰਵਸਨੈਸ ਸੀਗੀ ਪਰ ਐਡਰੇਨਾਲਿਨ ਹੁੰਦਾ ਨਾ ਜਿਹੜਾ ਉਹ ਨਰਵਸਨੈਸ ਨੂੰ ਕਿਤੇ ਨਾ ਕਿਤੇ ਮਾਰ ਦਿੰਦਾ ਮੇਰੇ ਚ ਐਡਰੇਨਾਲਿਨ ਦਾ ਫਲੋ ਉਸ ਵੇਲੇ ਇੰਨਾ ਸੀ ਨਾ ਤੇ ਮੈਂ ਵਾਕ ਕੀਤਾ ਕਿਉਂਕਿ ਜਦ ਸ਼ੋਅ ਸਟਾਪਿੰਗ ਕਰਨੀ ਸੀ ਉਹਨਾਂ ਨੇ ਸਾਰੀਆਂ ਲਾਈਟਾਂ ਡਿਮ ਕਰਤੀਆਂ ਸਾਰੇ ਮਾਡਲਾਂ ਦਾ ਕੰਮ ਹੋ ਗਿਆ ਲਾਈਟਾਂ ਡਿਮ ਕਰਤੀਆਂ ਦੁਬਾਰਾ ਵੀਡ ਸ਼ੁਰੂ ਉੱਥੇ ਹੋਣੀ ਜਦੋਂ ਮੈਂ ਐਂਟਰ ਕਰਨਾ ਸੀਗਾ ਲਾਈਟ ਔਨ ਹੋਣੀ ਸੀਗੀਆਂ ਹੁਣ ਬਾਹਰਲੀ ਆਡੀਅנס ਨੂੰ ਇਹ ਨਹੀਂ ਸੀ ਪਤਾ ਕਿ ਜਦੋਂ ਸ਼ੋਅ ਸਟਾਪਿੰਗ ਹੋਣੀ ਆ ਤਾਂ ਜਿਹੜਾ ਬੰਦਾ ਨਿਕਲ ਕੇ ਆਣਾ ਸਰਦਾਰ ਹੋਊਗਾ ਕਿਉਂਕਿ ਸਾਰੇ ਮਾਡਲ ਹਾਂ ਸਾਰੇ ਮਾਡਲ ਜਾਂ ਕੁੜੀਆਂ ਸੀਗੀਆਂ ਜਾਂ ਨਾਰਮਲ ਮਾਡਲ ਸੀਗੇ ਸਰਦਾਰ ਕੋਈ ਨਹੀਂ ਸੀ ਉੱਥੇ ਲਾਈਟਸ ਔਨ ਹੋਈਆਂ ਮੈਂ ਜਦੋਂ ਨਿਕਲੇ ਆਣਾ ਬਈ ਕੂਕਾਂ ਚੱਲ ਪਈਆਂ ਉੱਥੇ ਤੇ ਉਹ ਤੋਂ ਬਾਅਦ ਜਦੋਂ ਮੈਂ ਐਂਟਰ ਕੀਤਾ ਨਾ ਮਤਲਬ ਮੇਰੇ ਦਿਮਾਗ 'ਚ ਇਦਾਂ ਸੀਗਾ ਕਿ this is my ramp ਤੁਹਾਨੂੰ ਲਾਈਟਾਂ ਇੰਨੀਆਂ ਪੈ ਰਹੀਆਂ ਹੁੰਦੀਆਂ ਤੁਹਾਨੂੰ ਨੇੜੇ ਜਿਹੜੇ ਕੁਝ ਨਹੀਂ ਦਿਖ ਰਿਹਾ ਹੁੰਦਾ ਹਨਾ ਸਿਰਫ ਤੁਹਾਨੂੰ ਤੁਹਾਡਾ ਰੈਂਪ ਦਿਖ ਰਿਹਾ ਉਹ ਵੀ ਤੁਸੀਂ ਸਿਰਫ ਉੱਤੇ ਦੇਖਣਾ ਹੈ ਸਾਹਮਣੇ ਤੁਸੀਂ ਰੈਂਪ ਵੱਲ ਵੀ ਨਹੀਂ ਦੇਖ ਸਕਦੇ ਤੁਹਾਨੂੰ ਇੱਕ ਐਕਸਪਲੇਸ਼ਨ ਉਹਨੇ ਦੱਸਿਆ ਹੋਇਆ ਕਿ ਤੁਸੀਂ ਸਾਡਾ ਜਿਹੜਾ ਕਨਸੈਪਟ ਸੀਗਾ ਉਹ ਸੀਗਾ ਮਹਾਰਾਜਿਆਂ ਵਾਲਾ ਹਨਾ ਸ਼ੇਰਵਾਨੀ ਵਗੈਰਾ ਪਾਈ ਹੋਈ ਸੀ ਉਹ ਜੀ ਤੇ ਉਹਨੇ ਸਾਨੂੰ ਇਹ ਕਿਹਾ ਸੀ ਕਿ ਤੁਸੀਂ ਵਿੰਟੇਜ ਮਹਾਰਾਜੇ ਊ ਯੂ ਹੈਵ ਦੈਟ ਐਟੀਟਿਊਡ ਮੇਰੀ ਹੁਣ ਵੀ ਤੁਸੀਂ ਫੋਟੋ ਖੋਲ ਕੇ ਦੇਖੋਗੇ ਹਨਾ ਉਹ ਫੋਟੋ ਜੇ ਲੱਗਦਾ ਵੀ ਪਾੜ ਦੂਗਾ। ਮੈਂ ਤਾਂ ਇੱਕ ਗੱਲ ਪੁੱਛ ਲਈ ਕਿ ਉੱਥੇ ਇੱਕ ਫਸਟ ਟਾਈਮਰ ਵਾਲਾ ਐਟੀਟਿਊਡ ਜਿਹੜਾ ਰਿਫਲੈਕਟ ਖੱਟ ਹੋ ਜਾਦਾ ਇੱਕ ਕੰਫੀਡੈਂਸ ਆ ਰਿਹਾ ਕਿ ਹਾਂ ਵੀ ਮੈਂ ਹੈਗਾ ਆ। ਆਮ ਦਾ ਆਈ ਐਮ ਹੇਅਰ ਭਾਈ। ਹਾਂ। ਤੇ ਮੈਂ ਜਦੋਂ ਗ੍ਰੀਨ ਰੂਮ ਵਾਪਸ ਆਇਆ ਨਾ ਡੈਂਪ ਕਰਕੇ ਜੇ ਜੇ ਦੇ ਬ੍ਰਦਰ ਨੇ ਉਹਨਾਂ ਨੇ ਮੈਨੂੰ ਜੱਫੀ ਪਾਈ ਘੁੱਟ ਕੇ। ਕਹਿੰਦੇ ਤੈਨੂੰ ਨਹੀਂ ਪਤਾ ਇਹੋ ਜਿਹਾ ਮਾਹੌਲ ਅਸੀਂ ਬਹੁਤ ਘੱਟ ਦੇਖਿਆ। ਇਹੋ ਜਿਹਾ ਅਸੀਂ ਮਾਹੌਲ ਦੇਖਿਆ ਹੀ ਨਹੀਂ ਕਿਤੇ। ਵੀ ਕੋਈ ਬੰਦਾ ਸਰਦਾਰ ਬੰਦਾ ਨਿਕਲਿਆ ਤੇ ਲੋਕੀ پاگل ਹੋ ਗਏ ਦੇਖ ਕੇ। ਕੀ ਫੀਲ ਕੀਤਾ ਤੁਸੀਂ ਉਸ ਟਾਈਮ ਕਿ ਉਹ ਕਿਦਾਂ ਹੋਇਆ ਮੈਨੂੰ ਉਸ ਟਾਈਮ ਤਾਂ ਨਹੀਂ ਫੀਲ ਹੋਇਆ ਕੁਝ ਤੁਹਾਨੂੰ ਤੇ ਜੇ ਅੱਜ ਦੀ ਦੇਖਦੇ ਹੋ ਤਾਂ ਕੀ ਲੱਗਾ ਕੁਝ ਅਲੱਗ ਸੀਗਾ ਉਸ ਦਿਨ ਕੁਝ ਹਾਂ ਮਤਲਬ ਉਸ ਦਿਨ ਕਈ ਚੀਜ਼ਾਂ ਸੀਗੀਆਂ ਮਿਕਸ ਹੋਈਆਂ ਇੱਕ ਤਾਂ ਕਿਸਮਤ ਮੇਰੀ ਮਿਕਸ ਹੋਈ ਫਿਰ ਮੇਰਾ ਜਨੂਨ ਮਿਕਸ ਹੋਇਆ ਫਿਰ ਐਡਰੇਨਾਲਿਨ ਮਿਕਸ ਹੋਇਆ ਫਿਰ ਲੋਕਾਂ ਦਾ ਪਿਆਰ ਵੀ ਮਿਕਸ ਹੋ ਗਿਆ ਉਹ ਜਦੋਂ ਸਾਰਾ ਕੁਝ ਇਕੱਠਾ ਹੋ ਕੇ ਨਿਕਲੇਣਾ ਉਹ ਇੱਕ ਪ੍ਰੋਡਕਟ ਉਹ ਜਿਆ ਨਿਕਲ ਗਿਆ ਜੀਨੇ ਮੇਰੀ ਲਾਈਫ ਬਣਾ ਦਿੱਤੀ ਸੋ ਮੈਂ ਉਸ ਦਿਨ ਨੂੰ ਅੱਜ ਤੱਕ ਕਦੇ ਨਹੀਂ ਭੁੱਲ ਸਕਦਾ do feel ਉਸ ਤਾਂ ਕਿਤਨੇ ਕਿਤੇ ਇੱਕ એનર્ਜੀ ਨਾਲ ਸੀਗੀ ਜਿੰਨੇ ਉਹ ਦਿੱਤੀ ਕਿਉਂਕਿ ਜੋ ਤੁਸੀਂ ਰਿਫਲੈਕਟ ਕੀਤਾ ਬੀਗਾ ਸਰਦਾਰ ਹਾਂ ਉਹ ਦੁਨੀਆ ਦੇ ਵਿੱਚੋਂ ਤੁਹਾਡੇ ਤੋਂ એનર્ਜੀ ਹਾਂ ਜ਼ਰੂਰ ਇਹ ਤਾਂ ਗੱਲ ਹੈਗੀ ਆ ਕਿ ਮੈਂ ਉਹੀ ਗੱਲ ਕਹਿ ਰਿਹਾ ਸੀ ਮੈਂ ਬਹੁਤ ਲੋਕਾਂ ਨੂੰ ਇਹ ਚੀਜ਼ ਕਹਿੰਦਾ ਹੁੰਦਾ ਵੀ ਇਟ ਵਾਸ ਮਾਈ ਕੌਨਫੀਡੈਂਸ ਕਿ ਮੈਂ ਸ਼ੁਰੂ ਕੀਤਾ ਕਿ ਯਾਰ ਹਾ ਮਾਡਲਿੰਗ ਦੇ ਵਿੱਚ ਜਾਣਾ 2000 10 ਤੋਂ ਪਹਿਲਾਂ ਇੱਕ ਫੇਜ਼ ਉਹ じゃ ਆਇਆ ਸੀਗਾ ਜਦੋਂ ਲੋਕੀ ਪੱਗ ਬੰਨ ਕੇ ਸ਼ਾਇਦ ਸੰਗ ਦੇ ਸੀ ਸੰਗ ਲੱਗਦੀ ਸੀ ਜੇ ਤੁਸੀਂ 100 ਬੰਦਿਆਂ 'ਚ ਬੈਠੇ ਹੁੰਦੇ ਸੀ ਨਾ ਇਕੱਲਾ ਸਰਦਾਰ ਬੰਦਾ ਹੁੰਦਾ ਸੀ ਉਹਨੂੰ ਕੰਪਲੈਕਸ ਫੀਲ ਹੁੰਦਾ ਸੀ ਵੀ ਯਾਰ ਕਿਸੇ ਦੇ ਹੋਰ ਦੇ ਪੱਗ ਹੈ ਨਹੀਂ ਅੱਜ ਉਹ ਚੀਜ਼ ਇਹ ਬਣ ਗਈ ਹੈ ਜੇ 100 ਬੰਦੇ ਤੁਸੀਂ ਪੱਗ ਬੰਨ ਕੇ ਬੈਠੇ ਹੋਣਾ ਤੇ ਤੁਸੀਂ ਇਹ ਸੋਚਦੇ ਹੋ ਵੀ ਮੈਂ ਇਕੱਲਾ ਇੱਥੇ ਬਗੇ ਪੱਗ ਵਾਲੇ ਨਹੀਂ ਜਿਹੜੀ ਆ ਹਾਂ ਹੁਣ ਉਹ ਚੀਜ਼ ਦਾ ਫਰਕ ਦਿਮਾਗੀ ਤੌਰ ਤੇ ਬਹੁਤ ਆ ਗਿਆ ਕਿ ਪਹਿਲਾਂ ਅਸੀਂ ਸਿਰਫ ਇਹ ਸੋਚਦੇ ਯਾਰ ਬਈ ਮੇਰਾ ਮਜ਼ਾਕ ਨਾ ਉੱਡੇ ਮੇਰੇ ਬਾਰੇ ਕੀ ਸੋਚਣਗੇ ਕੀ ਦੇਖ ਰਹੇ ਨੇ ਸਾਰੇ ਸ਼ਾਇਦ ਮੈਨੂੰ ਹੀ ਦੇਖ ਰਹੇ ਨੇ ਹੁਣ ਸਾਰੇ ਕਹਿੰਦੇ ਮੈਨੂੰ ਦੇਖੋ ਮੈਂ ਕੱਲੇ ਨੇ ਪੱਗ ਬੰਨੀ ਆ ਮੈਂ ਇੱਥੇ ਸਰਦਾਰ